ਗੱਡੀਆਂ ਤੇ ਅਸੀਂ ਰੋਜ਼ ਇੱਕ ਦੂਜੇ ਤੋਂ ਵੱਧ ਲੈ ਕੇ ਆਉਨੇ ਆ। ਬਹਰਹਾਲ ਅੱਜ ਇੱਕ ਨਯਾਬ ਜਿਹੀ ਨਸਲ ਦੀ ਨਯਾਬ ਕਿਸਮ ਦੀ ਗੱਡੀ ਜਿਹੜੀ ਉਹ ਲੈ ਕੇ ਆਏ ਆ। ਆਓ ਇਸ ਦੇ ਬਾਰੇ ਤੁਹਾਨੂੰ ਡਿਟੇਲ ਦਿੰਨੇ ਆ ਔਰ ਇਹਦੀ ਕੀਮਤ ਸ਼ੇਅਰ ਕਰਨੇ ਆ। ਸਜ਼ੂਕੀ ਆਲਟੋ ਜਪਾਨੀ RS ਟਰਬੋ ਇਹ ਗੱਡੀ ਦੀ ਚਾਬੀ ਹੈ। 660 cc ਜਿਹੜਾ ਇਹਦਾ ਇੰਜਣ ਹੈ, ਟਰਬੋ ਇੰਜਣ ਹੈ ਇਹਦੇ ਵਿੱਚ। ਐਕਸਟਰਾ ਪਾਵਰ ਜਿਹੜੀ ਹੈ ਉਹ ਹੈ। ਆਓ ਇਸ ਦੇ ਬਾਰੇ ਤੁਹਾਨੂੰ ਥੋੜ੍ਹੀ ਜਿਹੜੀ ਹੈ ਨਾ ਡਿਟੇਲ ਉਹ ਇਹਦੇ ਨਾਲ ਸ਼ੇਅਰ ਕਰਨੇ ਆ। ਅੱਗੇ ਆ ਜਾਓ। ਸਭ ਤੋਂ ਪਹਿਲਾਂ ਗੱਡੀ ਜਿਹੜੀ ਹੈ ਉਹ ਗੱਡੀ ਦਾ ਓਵਰ ਵਿਊ ਜਿਹੜਾ ਨਾ ਉਹ ਇੱਕ ਵਾਰੀ ਚੈੱਕ ਕਰੋ। ਗੱਡੀ ਦੀ ਲੈਫਟ ਸਾਈਡ ਰਾਈਟ ਸਾਈਡ ਜਿਹੜੀ ਹੈ ਡਰਾਈਵਰ ਵਾਲੀ ਉਹ ਗੱਡੀ ਬੜੀ ਕਲੀਅਰ ਨਜ਼ਰ ਆ ਰਹੀ ਹੈ, ਬੜੀ ਖੂਬਸੂਰਤ ਸਪੋਰਟੀ ਜਿਹੀ ਲੁੱਕ ਹੈ ਗੱਡੀ ਕੋਲ। ਓਵਰ ਵਿਊ ਗੱਡੀ ਦਾ ਚੈੱਕ ਕਰੋ, ਉਸ ਤੋਂ ਬਾਅਦ ਗੱਡੀ ਦੀ ਜਿਹੜੀ ਹੈ ਡਿਟੇਲ ਉਹ ਤੁਹਾਨੂੰ ਜਿਹੜੇ ਆ ਸਮਝਾਉਂਦੇ ਹਾਂ। ਬੈਕ ਸਾਈਡ ਤੋਂ ਗੱਡੀ ਦਾ ਵਿਊ ਚੈੱਕ ਕਰੋ। ਇੱਕ ਸੈਂਟਰ ਦੇ ਵਿੱਚ ਕੈਮਰਾ ਇੰਸਟਾਲ ਕੀਤਾ ਗਿਆ, ਕੀਲੈਸ ਐਂਟਰੀ ਵਾਲਾ ਜਿਹੜਾ ਬਟਨ ਹੈ ਉਹ ਡਿੱਗੀ ਦੇ ਵਿੱਚ ਪਿੱਛੇ ਵੀ ਦਿੱਤਾ ਗਿਆ। RS ਟਰਬੋ ਵਾਲਾ ਮੋਨੋ ਹੈ। ਉਸ ਤੋਂ ਬਾਅਦ ਖੱਬੀ ਸਾਈਡ 'ਤੇ ਆ ਜਾਵੀਏ ਅਤੇ ਇਹ ਵੀ ਬਿਲਕੁਲ ਸਾਫ਼ ਸੁਥਰੀ ਨੀਟ ਅਤੇ ਕਲੀਨ ਹੈ। ਇਸ ਸਾਈਡ 'ਤੇ ਵੀ ਉਹ ਹੀ ਆਪਸ਼ਨ ਹੈ। ਫਰੰਟ ਸਾਈਡ ਤੋਂ ਗੱਡੀ ਜਿਹੜੀ ਹੈ ਉਹ ਚੈੱਕ ਕਰੀਏ ਅਤੇ ਗੱਡੀ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਇੱਕ ਬੜੀਆਂ ਹੀ ਖੂਬਸੂਰਤ ਕਿਸਮ ਦੀਆਂ ਡਿਜ਼ਾਈਨ ਕੀਤੀਆਂ ਗਈਆਂ ਨੇ। ਸਪੈਸ਼ਲ ਕਿਸਮ ਦੀਆਂ ਲਾਈਟਾਂ ਗੱਡੀ ਦੇ ਵਿੱਚ ਇੰਸਟਾਲ ਕੀਤੀਆਂ ਗਈਆਂ ਨੇ। ਅੱਛਾ, ਉਸ ਤੋਂ ਬਾਅਦ ਜਨਾਬ ਗੱਡੀ ਜਿਹੜੀ ਹੈ ਉਹ ਕੀਲੈਸ ਐਂਟਰੀ ਹੈ। ਇਹ ਗੱਡੀ ਦਾ ਰਿਮੋਟ ਹੈ, ਕੀਲੈਸ ਐਂਟਰੀ ਹੈ ਗੱਡੀ ਦੇ ਵਿੱਚ। ਇੱਥੇ ਰਿਮੋਟ ਲੈ ਕੇ ਆਵਾਂਗੇ ਅਤੇ ਇਸ ਬਟਨ ਤੋਂ ਗੱਡੀ ਅਨਲੌਕ ਹੋ ਜਾਏਗੀ। ਗੱਡੀ ਦੇ ਵਿੱਚ ਯਾਰ ਬੜੇ ਹੀ ਨੈਕਸਟ ਲੈਵਲ ਦੇ ਆਪਸ਼ਨ ਨੇ, ਬੜੀ ਹੀ ਇਹਦਾ ਕੰਪੈਰੀਜ਼ਨ ਪਾਕਿਸਤਾਨੀ ਕਿਸੇ ਗੱਡੀ ਨਾਲ ਕਰਨਾ ਇਸ ਗੱਡੀ ਦੇ ਨਾਲ ਜ਼ਿਆਦੀ ਹੋਵੇਗੀ। ਅੱਛਾ, ਸਭ ਤੋਂ ਪਹਿਲੇ ਜਨਾਬ ਇਹ ਗੱਡੀ ਦੇ ਵਿੱਚ ਇਹ ਜਿਹੜੇ ਫੰਕਸ਼ਨ ਨੇ ਉਹਦੋਂ ਚੈੱਕ ਕਰਵਾਉਂਦੇ ਹਾਂ। ਗੱਡੀ ਪੁਸ਼ ਸਟਾਰਟ ਹੈ, ਠੀਕ ਹੈ, ਅਤੇ ਪੁਸ਼ ਸਟਾਰਟ ਗੱਡੀ ਹੈ। ਉਸ ਤੋਂ ਬਾਅਦ ਜਨਾਬ ਇਹਦੇ ਇਹ ਸਾਰੇ ਫੰਕਸ਼ਨ, ਆਟੋ ਬ੍ਰੇਕ ਸਿਸਟਮ ਜਿਹੜਾ ਹੈ ਉਹ ਇਹਦੇ ਵਿੱਚ ਉਹ ਹੈਰ ਪਾਕਿਸਤਾਨੀ ਅਤੇ ਪਾਕਿਸਤਾਨ ਦੇ ਵਿੱਚ ਐਡਾ ਕਾਰਮ ਨਹੀਂ ਹੈ। ਅੱਗੇ ਕੋਈ ਚੀਜ਼ ਆ ਜਾਏ ਤਾਂ ਸੈਂਸਰ ਲੱਗੇ ਨੇ, ਆਟੋਮੈਟਿਕ ਬ੍ਰੇਕ ਲਾ ਦਿੰਦੀ। ਉਸ ਤੋਂ ਬਾਅਦ ਇੱਕੋ ਸਿਸਟਮ, ਇੱਕੋ ਆਈਡੀਅਲ ਜਿਹੜਾ ਉਹ ਲਾਉਂਦੇ ਨੇ ਆਪਣਾ ਇਸ਼ਾਰੇ 'ਤੇ। ਗੱਡੀ ਅਗਰ ਤੁਸੀਂ ਥੋੜ੍ਹੀ ਦੇਰ ਵਾਸਤੇ ਖੜ੍ਹੀ ਕਰਨੀ ਹੈ ਅਤੇ ਇਹ ਗੱਡੀ ਜਨਾਬ ਸਟਾਪ ਹੋ ਜਾਏਗੀ, ਇੰਜਣ ਜਿਹੜਾ ਉਹ ਇਹਦਾ ਆਫ ਹੋ ਜਾਏਗਾ। ਅਤੇ ਉਸ ਤੋਂ ਬਾਅਦ ਜਨਾਬ ਇਹਦੇ ਹੋਰ ਵੀ ਕਈ ਇਸ ਤਰ੍ਹਾਂ ਦੇ ਆਪਸ਼ਨ ਨੇ ਜਿਹੜੇ ਜੋ ਕਿ ਇਹਨਾਂ ਦੇ ਨਾ ਬੜੇ ਹੀ ਘੱਟ ਇਹਨਾਂ ਗੱਡੀਆਂ 'ਚ ਹੁੰਦੇ ਨੇ। ਉਸ ਤੋਂ ਬਾਅਦ ਜਨਾਬ ਜਿਹੜਾ ਇਹਦਾ ਸਟੀਅਰਿੰਗ ਉਹਦੀ ਗੱਲ ਕਰੀਏ ਤਾਂ ਮਲਟੀਮੀਡੀਆ ਸਟੀਅਰਿੰਗ ਹੈ ਗੱਡੀ ਦਾ। ਸਟੀਅਰਿੰਗ ਦੇ ਉੱਤੇ ਵੀ ਜਿਹੜਾ ਇਹਦਾ ਮਲਟੀਮੀਡੀਆ ਉਹ ਇਹਦੇ ਆਪਸ਼ਨਸ ਦਿੱਤੇ ਗਏ ਨੇ। ਫਿਰ ਗਰੰਟੀ ਦੇ ਵਿੱਚ ਜਿਹੜਾ ਆਪਸ਼ਨ ਹੈ ਆਟੋ ਗੱਡੀ ਜਿਹੜਾ ਨਾ ਇਹ ਜਿਹੜਾ ਮੈਨੂਅਲ ਪੈਡਲ ਸ਼ਿਫਟਰ ਹੈ। ਜੇ ਅਗਰ ਤੁਸੀਂ ਗੱਡੀ ਚਲਾਉਂਦੇ ਹੋ ਪਏ ਤੁਸੀਂ ਮਤਲਬ ਸਪੀਡ ਘੱਟ ਜਾਂ ਮੱਠੀ ਆਪਣੇ ਹਿਸਾਬ ਨਾਲ ਅਗਰ ਤੁਸੀਂ ਗੇਅਰ ਜਿਹੜਾ ਨਾ ਉਹ ਮੈਨੂਅਲ ਕਰਨਾ ਹੈ, ਗੇਅਰ ਕੱਢਣਾ ਹੈ ਜਾਂ ਲਾਉਣਾ ਹੈ, ਉਹ ਤੁਸੀਂ ਇੱਥੋਂ ਇਹ ਜਿਹੜੇ ਦੋ ਪੈਡਲ ਸ਼ਿਫਟਰ ਇਹ ਵਹਿੰਦੇ ਹੋ ਪਏ ਪਲੱਸ ਔਰ ਮਾਈਨਸ ਇਹਨਾਂ ਦੋਵਾਂ ਦੇ ਉੱਤੋਂ ਕੀਤੇ ਜਾ ਸਕਦੇ ਨੇ ਇਹ ਜਿਹੜੇ ਦੋ ਨਿਸ਼ਾਨ ਨੇ ਨਾ। ਉਂਝ ਗੱਡੀ ਫੁੱਲ ਆਪਸ਼ਨ ਆਟੋ ਹੈ, ਠੀਕ ਹੈ, ਉਹਦੇ ਵਿੱਚ ਅਗਰ ਤੁਸੀਂ ਇਹ ਜਿਹੜੇ ਦੋ ਸਿਸਟਮ ਨੇ ਇਹਦੇ ਵਿੱਚੋਂ ਗੇਅਰ ਪਲੱਸ ਮਾਈਨਸ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਗੱਡੀ ਦਾ ਆਹ ਜਿਹੜਾ ਸਾਰਾ AC ਵਾਲਾ ਸਿਸਟਮ ਹੈ, ਆਊਟ ਟੈਂਪਰੇਚਰ, ਰੇਅਰ ਫਰੰਟ ਹੈ ਜਿਹੜਾ ਇਹਦਾ ਸਾਰਾ ਸਿਸਟਮ ਹੈ AC ਵਾਲਾ ਹੈ। ਇੱਥੋਂ ਮੂਡ ਵਗੈਰਾ ਚੇਂਜ ਹੋ ਜਾਂਦੇ ਨੇ। ਫਿਰ ਗੱਡੀ ਦੇ ਵਿੱਚ ਥੱਲੇ ਜਿਹੜਾ ਉਹ ਛੋਟਾ ਜਿਹਾ ਟੀ ਵੀ ਨੂੰ ਮਾਰਕ ਚੀਜ਼ ਨਜ਼ਰ ਆ ਰਹੀ ਹੈ, ਬਿਲਕੁਲ ਛੋਟੀ ਜਿਹੀ LCD। ਇਹ ਜਿਹੜੀ ਹੈ ਇਹ ਆਫਟਰ ਮਾਰਕੀਟ ਦੇ ਵਿੱਚ ਇੰਸਟਾਲ ਕੀਤੀ ਗਈ ਹੈ। ਗੱਡੀ ਦੀ ਜਿਹੜਾ ਸਟਾਰਟਿੰਗ ਪੁਆਇੰਟ ਹੈ ਉਹ ਵੀ ਚੈੱਕ ਕਰਵਾ ਦਿੰਦੇ ਹਾਂ। ਉਹ ਚੀਜ਼ ਜਿਹੜੀ ਉਹ ਆਫਟਰ ਮਾਰਕੀਟ ਇੰਸਟਾਲ ਕੀਤੀ ਗਈ ਹੈ, ਉਹ ਜਿਹੜਾ ਨਾ ਸਲੈਂਸਰ ਨਾਲ ਉਹਦਾ ਕੁਛ ਸ਼ਾਇਦ ਸਾਊਂਡ ਵਿੱਚ ਕੋਈ ਆਉਂਦਾ ਫਰਕ। ਅੱਛਾ, ਗੱਡੀ ਜਿਹੜੀ ਹੈ ਉਹਦਾ ਜਨਾਬ ਸਟਾਰਟਿੰਗ ਪੁਆਇੰਟ ਜਿਹੜਾ ਉਹ ਚੈੱਕ ਕਰਵਾ ਦਿੰਦੇ ਹਾਂ। ਜਨਾਬ ਸਟਾਰਟ ਕਰਨੇ ਆ ਗੱਡੀ, ਇਹਦਾ ਮੀਟਰ ਜਿਹੜਾ ਨਾ ਉਹਦੀ ਯਾਰ ਇੱਕ ਵਾਰੀ ਖੂਬਸੂਰਤੀ ਚੈੱਕ ਕਰਨੀ ਯਾਰ, ਸਟਾਰਟਿੰਗ ਹੈ ਯਾਰ ਗੱਡੀ ਦਾ ਮਾਸ਼ਾਅੱਲਾ। ਇਹ ਗੱਡੀ ਦਾ ਜਿਹੜਾ ਇੰਟੀਰੀਅਰ ਹੈ ਬੜਾ ਹੀ ਕਮਾਲ, ਬੜਾ ਹੀ ਨੈਕਸਟ ਲੈਵਲ ਦਾ। ਗੱਡੀ ਫੁੱਲ ਆਪਸ਼ਨ, ਫੁੱਲ ਲੋਡਡ ਗੱਡੀ ਹੈ, ਆਟੋਮੈਟਿਕ ਫੁੱਲ ਆਪਸ਼ਨ, 660 cc ਦਾ ਇੰਜਣ ਹੈ। ਅਤੇ ਇਹ ਛੋਟੇ ਛੋਟੇ ਜਿਹੜੇ ਨੇ ਉਹ ਸਪੀਕਰ ਵੀ ਇਹਦੇ ਅੰਦਰ ਇੰਸਟਾਲ ਕੀਤੇ ਗਏ ਨੇ ਆਫਟਰ ਮਾਰਕੀਟ। ਇਹ ਯਾਰ ਬੜਾ ਹੀ ਖੂਬਸੂਰਤ ਕਿਸੇ ਲਾਇਆ ਵਿੱਚ, ਇਹ ਤਾਂ ਓਵਰਆਲ ਗੱਡੀਆਂ ਵਿੱਚ ਹੁੰਦਾ ਹੈ। ਫਿਰ ਗੱਡੀ ਜਿਹੜੀ ਹੈ ਅੱਧੇ ਵਿੱਚ ਅਗਰ ਤੁਸੀਂ ਜਪਾਨੀ ਕਾਰ ਹੈ ਨਾ ਤਾਂ ਇਹਦੇ ਵਿੱਚ ਤੁਸੀਂ ਅਗਰ ਆਪਣਾ ਵੀਡੀਓ ਔਨ ਡਰਾਈਵ, ਤੁਸੀਂ ਅਗਰ ਕੋਈ ਵੀਡੀਓ ਪਲੇ ਕਰਦੇ ਹੋ ਤਾਂ ਉਹ ਤੁਹਾਨੂੰ ਆਖਦੇ ਨੇ ਕਿ ਯਾਰ ਇਹ ਜਿਹੜਾ ਨਾ ਡਰਾਈਵ ਕਰਦੇ ਹਾਂ ਤੁਸੀਂ, ਗੱਡੀ ਜਿਹੜੀ ਹੈ ਨਾ ਉਹ ਡਰਾਈਵ ਕਰਦੇ ਹਾਂ ਤੁਸੀਂ ਵੀਡੀਓ ਨਹੀਂ ਪਲੇ ਕਰ ਸਕਦੇ।
ਤਾਂ ਕਿ ਤੁਹਾਡੀ ਆਪਣੀ ਜਾਨ ਜਿਹੜੀ ਹੈ ਉਹ ਬਚ ਜਾਵੇ, ਕਦੀ ਉਹ ਵੀਡੀਓ ਵੇਖਦਿਆਂ ਠੋਕੀ ਨਾ ਹੋਵੇ। ਅੱਛਾ, ਗੱਡੀ ਦੇ ਮੀਟਰ ਦੀ ਗੱਲ ਕਰੀਏ ਤਾਂ ਜਨਾਬੇ ਵਾਲਾ ਬੜਾ ਹੀ ਖੂਬਸੂਰਤ ਗੱਡੀ ਦਾ ਮੀਟਰ ਹੈ। ਫਿਰ ਇਹ ਜਿਹੜੀ ਨੀਲੀ ਜਿਹੀ ਬੱਤੀ ਤੋਂ ਨਜ਼ਰ ਆ ਰਹੀ ਹੈ, ਇਹ ਨਾਲ ਨਾਲ ਇਹ ਗੱਡੀ ਜਿਹੜੀ ਹੈ ਉਹ ਚੇਂਜ ਕਰਦੀ ਰਹਿੰਦੀ ਹੈ, ਇਹ ਦੱਸਦੀ ਰਹਿੰਦੀ ਹੈ। ਅਗਰ ਤੁਸੀਂ ਈਕੋ ਦੇ ਈਕੋ ਸਿਸਟਮ ਇਹਦਾ ਆਨ ਰਹੇ ਤਾਂ ਫਿਰ ਤੁਹਾਡੀ ਐਵਰੇਜ ਜਿਹੜੀ ਉਹ ਤੁਹਾਨੂੰ ਹੋਰ ਗੱਡੀ ਦੇਵੇਗੀ, ਅਤੇ ਜੇ ਅਗਰ ਤੁਸੀਂ ਪੈਰ ਥੋੜ੍ਹਾ ਬਾਰਾ ਰੱਖੋ ਦੇ ਤਾਂ ਫਿਰ ਗੱਡੀ ਜਿਹੜੀ ਹੈ ਉਹ ਹੋਰ ਐਵਰੇਜ ਦੇਵੇਗੀ। ਅਤੇ ਇਹ ਜਿਹੜਾ ਨਾ ਜਿਹੜੀ ਇੱਕ ਐਲ ਸੀ ਡੀ ਆਫਟਰ ਮਾਰਕੀਟ ਇੰਸਟਾਲ ਕੀਤੀ ਗਈ ਹੈ, ਜਿਉਂ ਹੀ ਅਸੀਂ ਇਹ ਰੇਸ ਦਿੱਤੀ ਹੈ ਨਾ ਉਹ ਜਨਾਬ ਤੁਹਾਨੂੰ ਦੱਸਦੀ ਰਹੇਗੀ। ਇਹ ਪਤਾ ਨਹੀਂ ਹੋਣਾ ਆਰ ਪੀ ਐਮ ਦੱਸਦੀ ਹੈ ਜਾਂ ਕੀ ਇਹਦਾ ਕੋਈ, ਅਜੇ ਮੈਨੂੰ ਸਾਰਿਆਂ ਫੰਕਸ਼ਨਾਂ ਦਾ ਆਪੇ ਵੀ ਅਜੇ ਪਤਾ ਨਹੀਂ ਲੱਗਾ। ਅਤੇ ਗੱਡੀ ਦਾ ਜਿਹੜਾ ਜਨਾਬ ਸੀਟਾਂ ਨੇ ਉੱਤੇ ਕਵਰ ਜਿਹਾ ਵੀ ਦਿੱਤਾ ਗਿਆ, ਗੱਡੀ ਥੱਲੇ ਕਰ ਸਕਦੇ ਹੋ। ਸੀਟਾਂ ਦਾ ਕਵਰ ਜਿਹੜਾ ਉਹ ਬੜਾ ਹੀ ਖੂਬਸੂਰਤ ਕਿਸਮ ਦੇ ਗੱਡੀ ਦੇ ਵਿੱਚ ਇੰਸਟਾਲ ਕੀਤੇ ਗਏ ਨੇ। ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਜਿਹੜੇ ਨੇ 0 ਮੀਟਰ ਨੇ, ਰਿਮ ਜਿਹੜੇ ਨੇ ਉਹ ਗੱਡੀ ਦੇ ਵਿੱਚ ਆਫਟਰ ਮਾਰਕੀਟ ਇੰਸਟਾਲ ਕੀਤੇ ਗਏ ਨੇ। ਕਵਰ ਜਿਹੜਾ ਇੱਕ ਵਾਰੀ ਗੱਡੀ ਸਟਾਰਟ ਕਰ ਮੁੜਿਆ, ਆਪਣਾ ਸਲੰਸਰ ਜਿਹੜਾ ਉਹ ਗੱਡੀ ਦੇ ਵਿੱਚ ਗੱਡੀ ਦੀ ਖੂਬਸੂਰਤੀ ਨੂੰ ਜ਼ਿਆਦਾ ਡਬਲ ਕਰ ਦਿੰਦਾ। ਸਾਊਂਡ ਦੇਣ ਜਿਹੜਾ ਨਾ ਇਹਦਾ ਸਟਾਰਟਿੰਗ ਪੁਆਇੰਟ ਉਹਦੇ ਚੈੱਕ ਕਰਵਾਉਂਦੇ ਹਾਂ। ਰਿਮੋਟ ਹੈ ਲੋ ਜੀ, ਇਹ ਬੜੀ ਨਾ ਸਪੋਰਟੀ ਜਿਹੀ ਲੁੱਕ ਗੱਡੀ ਕੋਲ ਆਇਲੀ ਇੰਜਨ ਹੈ। ਅਤੇ ਗੱਡੀ ਦਾ ਜਨਾਬ ਓਵਰਵਿਊ ਤੁਸੀਂ ਚੈੱਕ ਕੀਤਾ, ਗੱਡੀ ਦੇ ਬੈਕ ਸਾਈਡ 'ਤੇ ਵੀ ਇੱਕ ਬੜਾ ਜ਼ਬਰਦਸਤ ਕਿਸਮ ਦਾ ਜਿਹੜਾ ਉਹ ਵਾਈਪਰ ਉਹ ਵੀ ਇੰਸਟਾਲ ਕੀਤਾ ਗਿਆ। ਅਤੇ ਓਵਰਵਿਊ ਗੱਡੀ ਦਾ ਤੁਸੀਂ ਚੈੱਕ ਕਰ ਲਿਆ, ਗੱਡੀ ਕੋਲ ਬੜਾ ਹੀ ਖੂਬਸੂਰਤ ਇੱਕ ਲੁੱਕ ਹੈ। ਸਾਈਡਾਂ ਤੋਂ ਵੀ ਗੱਡੀ ਬਿਲਕੁਲ ਸਾਫ਼ ਸੁਥਰੀ, ਨੀਟ ਐਂਡ ਕਲੀਨ ਹੈ, ਕੋਈ ਦਬ ਖਰਾਸ਼, ਕੋਈ ਮਤਲਬ ਦਾਗ ਨਹੀਂ। ਫਰੰਟ ਸਾਈਡ ਤੋਂ ਵੀ ਗੱਡੀ ਬਿਲਕੁਲ ਸਾਫ਼ ਸੁਥਰੀ, ਨੀਟ ਐਂਡ ਕਲੀਨ ਹੈ। ਅਤੇ ਜਨਾਬੇ ਵਾਲਾ ਗੱਡੀ ਜਿਹੜੀ ਹੈ ਉਹ ਇੱਕ ਪਿੱਛੇ ਗੱਡੀ ਖਲੋਤੀ ਹੈ, ਉਹਦਾ ਵੀ ਇਨਸ਼ਾਅੱਲਾ ਅਗਲੀ ਵੀਡੀਓ ਜਿਹੜੀ ਹੈ ਉਹਦੀ ਬਣਾਉਣ ਲੱਗੇ ਹਾਂ, ਇਹਦੀ ਇੱਕ ਵਾਰੀ ਮੁਕੰਮਲ ਕਰ ਲਵੀਏ। ਅੱਛਾ, ਇਸ ਗੱਡੀ ਦੀ ਜਿਹੜੀ ਕੀਮਤ ਹੈ ਉਹ ਗੱਡੀ ਦੀ ਕੀਮਤ ਜਿਹੜੀ ਹੈ ਉਹ 29.5 ਲੱਖ ਰੁਪਈਆ ਹੈ। ਮਜ਼ੀਦ ਮਾਲੂਮਾਤ ਵਾਸਤੇ ਮੋਬਾਈਲ ਨੰਬਰ 'ਤੇ ਰਾਬਤਾ ਕਰ ਲਵੋ। ਔਰ ਮੇਰੇ ਖਿਆਲ ਨਾਲ ਯਾਰ ਕਮ ਅਜ਼ ਕਮ ਡਿਸਟ੍ਰਿਕਟ ਮੰਡੀ ਬਹਾਵਲਦੀਨ ਦੇ ਵਿੱਚ ਇਸ ਲੈਵਲ ਦੀ ਇਹ ਸੇਮ ਗੱਡੀ ਨਹੀਂ ਆਉਣ ਲੱਗੀ, ਕਿਉਂਕਿ ਅਸੀਂ ਇਹ ਗੱਡੀ ਜਿਹੜਾ ਨਾ ਬੜਾ ਹੀ ਸਰਚ ਆਊਟ ਕਰਨ ਤੋਂ ਬਾਅਦ ਜਿਹੜਾ ਇਹ ਗੱਡੀ ਹਾਸਲ ਕੀਤੀ ਹੈ। ਅਤੇ ਇਨਸ਼ਾਅੱਲਾ ਜਿਹੜਾ ਬੰਦਾ ਗੱਡੀ ਖਰੀਦੇ ਦਾ ਮਜ਼ਾ ਆਵੇਦਾ ਯਾਰ ਗੱਡੀ, ਅਸੀਂ 2-3-4 ਦਿਨ ਹੋ ਗਏ ਨਾ ਸਾਡੇ ਕੋਲ ਗੱਡੀ ਨੂੰ, ਅਤੇ ਬੜਾ ਹੀ ਮਜ਼ਾ ਆਇਆ ਗੱਡੀ ਚਲਾਉਣ ਦਾ। ਛੋਟੀ ਗੱਡੀ ਹੋ ਕੇ ਅਤੇ ਵੱਡੀ ਗੱਡੀ ਵਾਲੇ ਮਜ਼ੇ ਨੇ ਗੱਡੀ ਦੇ ਵਿੱਚ, ਠੀਕ ਹੈ। ਅਤੇ ਮਜ਼ੀਦ ਜਿਹੜਾ ਬੰਦਾ ਖਵਾਹਿਸ਼ਮੰਦ ਹੋਵੇ ਉਹ ਮੋਬਾਈਲ ਨੰਬਰ 'ਤੇ ਰਾਬਤਾ ਕਰ ਲਵੇ।